लुधियाना के फिरोजपुर स्थित मेडिवेज हॉस्पिटल में अचानक आग लग गई, जिससे वहां पर अफरा तफरी का माहौल बन गया। हॉस्पिटल के कर्मचारियों ने वहां मौजूद अग्नि यंत्रों की मदद से आग पर काबू पाने का प्रयास किया, लेकिन तब तक फायर ब्रिगेड की 5 गाड़ियां मौके पर पहुंच गई और आग पर काबू पाने का प्रयास किया। इस दौरान हॉस्पिटल में उपचाराधीन करीब 22 मरीजों को सही सलामत बाहर निकाला गया और आसपास के हॉस्पिटलों में भर्ती करवाया गया। गनीमत यह रहा कि आग लगने के कारण कोई हताहत नहीं हुआ। उधर मौके पर पहुंची श्रावणनगर थाना की पुलिस ने जांच शुरू कर दी है। थर्ड फ्लोर पे आग लगी थी, लेकिन सारे पेशेंट्स बाहर सही सलामत निकाल लिए गए हैं। जो दीप हॉस्पिटल और ओरिशन हॉस्पिटल और ग्लोबल हॉस्पिटल में शिफ्ट कर दिए गए हैं। कितने मरीज थे टोटल? टोटल 18 या 19 मरीज थे। सारे पेशेंट सही सलामत निकल गए हैं, कोई जानी नुकसान नहीं हुआ जी, बिल्कुल ठीक है सारा कुछ। बस थोड़ा सा मेरे ख्याल से 2-3 घंटे में भी सब नॉर्मल हो जाएगा जी। कितने बजे का ये वाकया आपका? ये वाकया हुआ कोई 4:30 बजे करीब। हाँ जी, लुधियाना मेडिकल हॉस्पिटल ਸਾਡੇ ਆਪਾਂ ਇੱਥੇ ਸਾਨੂੰ 5:10 'ਤੇ ਕਾਲ ਮਿਲੀ ਸੀਗੀ ਕਿ ਹੋਸਪਿਟਲ 'ਚ ਅੱਗ ਆ, ਪਾ ਕੇ ਦੇਖਿਆ, ਕੰਟਰੋਲ ਕਰ ਲਿਆ। ਇਹ ਕਮਰੇ 'ਚ ਗੱਦਿਆਂ ਨੂੰ ਅੱਗ ਸੀਗੀ, ਕੋਈ ਕੈਜੂਅਲਿਟੀ ਇੰਜਰਡ ਨਹੀਂ ਹੈ, ਸਭ ਕੁਛ ਅੰਡਰ ਕੰਟਰੋਲ ਹੈ। ਸਾਡੀ 2 ਗੱਡੀਆਂ ਇੱਥੇ ਫਾਇਰ ਕਾਲ 'ਤੇ ਆ ਕੇ ਮੌਜੂਦ ਨੇ ਅਤੇ ਸਭ ਕੁਛ ਕੰਟਰੋਲ ਹੈ। ਰੀਜ਼ਨ ਅਜੇ ਕੁਛ ਨਹੀਂ ਪਤਾ ਲੱਗਿਆ, ਬਾਕੀ ਧੂੰਆਂ ਵਗੈਰਾ ਨਿਕਲੇਗਾ ਤਾਂ ਫਿਰ ਆਪਾਂ ਦੇਖ ਕੇ ਦੱਸਦੇ ਹਾਂ ਕੀ ਹੋਇਆ ਕੀ ਨਹੀਂ। ਸੇਫਟੀ ਦੇ ਇੰਤਜ਼ਾਮ ਪੂਰੇ ਆ ਇਹਨਾਂ ਦੇ, ਸੇਫਟੀ ਦੇ ਇੰਤਜ਼ਾਮ, ਬਾਕੀ ਆਪਾਂ ਦੇਖ ਕੇ ਜਰਾ ਧੂੰਆਂ ਡਾਊਨ ਹੁੰਦਾ ਫਿਰ ਆਪਾਂ ਦੇਖਦੇ ਹਾਂ ਕੀ ਹੈਗਾ ਕੀ ਨਹੀਂ। ਅਰੇਂਜਮੈਂਟ ਸੀਗਾ ਇਹਨਾਂ ਕੋਲ, ਸਾਰੇ ਫਾਇਰ ਇੰਸਟਿਊਟ ਸੀਗੇ, ਸਾਰੇ ਇਹਨਾਂ ਕੋਲ ਸਿਲੰਡਰ ਸੀਗੇ, ਇਹਨਾਂ ਨੇ ਕਾਫੀ ਇਹਨਾਂ ਨੇ ਕੀਤਾ ਇਹਨਾਂ ਨੇ, ਜਦ ਤੱਕ ਆਪਣੀਆਂ ਐਂਬੂਲੈਂਸ ਵੀ ਆ ਗਈਆਂ ਇਹ ਆਪਣੀਆਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ, ਅਤੇ ਐਂਬੂਲੈਂਸ ਮੰਗਵਾ ਕੇ ਜਿੰਨੇ ਪੇਸ਼ੈਂਟ ਸੀਗੇ ਸਾਰੇ ਵੈਕੂਏਟ ਕਰਕੇ ਉੱਥੇ ਭੇਜਤੇ ਡੀ ਐਮ ਸੀ 'ਤੇ ਸੀ। ਅੱਗ ਲੱਗਣ ਦਾ ਕਾਰਨ ਪਤਾ ਲੱਗਿਆ? ਆ ਕਾਰਨ ਸਟੋਰ ਆ, ਉਹ ਦੇਖ ਲੈਂਦੇ ਜੀ, ਉਦੋਂ ਥੋੜ੍ਹਾ ਸੇਕ ਆ ਉਹ 'ਚ ਜ਼ਿਆਦਾ ਜੀ, ਉਹ ਬਾਅਦ 'ਚ ਕਰ ਲੈਂਦੇ ਵੈਰੀਫਾਈ। ਮਰੀਜ਼ ਕਈ ਸੀਗੇ 22 ਦੇ ਕਰੀਬ, ਕੋਈ ਜਾਣੀ ਨੁਕਸਾਨ? ਇਹ ਮੈਡੀਵੇ ਹੋਸਪਿਟਲ ਆ ਜੀ। ਜਾਗਤੀ ਲਹਿਰ ਕੇ ਲਈ ਲੁਧਿਆਣਾ ਸੇ ਸੁਰਿੰਦਰ ਅਰੋੜਾ ਕੀ ਰਿਪੋਰਟ।